ਪੰਜਾਬ ਦੀਆਂ ਪੰਥਕ ਸੀਟਾਂ 'ਚ ਸ਼ੁਮਾਰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ। ਪਾਰਟੀਆਂ 'ਚ ਮੁਕਾਬਲਾ ਸੀਟ ਜਿੱਤਣ ਲਈ ਹੋ ਰਿਹਾ, ਪਰ ਮੁੱਦਿਆਂ ਦੀ ਗੱਲ ਕੋਹਾਂ ਦੂਰ ਹੈ। ਸਿਆਸਤ ਇੱਕ ਦੂਜੇ ਖਿਲਾਫ ਇਲਜ਼ਾਮਾਂ ਦੀ ਹੋ ਰਹੀ ਹੈ, ਪਰ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਦੇ ਕੀ ਨੇ? ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ। ਸ੍ਰੀ ਅਨੰਦਪੁਰ ਸਾਹਿਬ 'ਚ ਕੋਈ ਵੀ ਇੰਡਸਟਰੀ ਨਹੀਂ, ਟੁੱਟੀਆਂ ਸੜਕਾਂ ਤੇ ਨਾਜਾਇਜ਼ ਮਾਈਨਿੰਗ ਦੇ ਮੁੱਦੇ ਦਾ ਵੀ ਬੋਲਬਾਲਾ ਹੈ। ਇਸ ਤੋਂ ਇਲਾਵਾ ਮੋਹਾਲੀ ਖਰੜ ਐਲੀਵੇਟਡ ਪੁਲ ਵਿਚਾਲੇ ਲਟਕਿਆ ਹੋਇਆ ਤੇ ਲੋਕਾਂ ਨੂੰ ਰੋਪੜ ਪਗਵਾੜਾ ਹਾਈਵੇ ਦੀ ਵੀ ਉਡੀਕ ਹੈ। ਇਸ ਤੋਂ ਇਲਾਵਾ ਕਿਸਾਨੀ ਮਸਲੇ ਵੀ ਬੇਸ਼ੁਮਾਰ ਨੇ, ਜਦਕਿ ਸਿਆਸੀ ਆਗੂ ਮਹਿਜ਼ ਨਿਸ਼ਾਨਿਆਂ ਤੱਕ ਸੀਮਤ ਨੇ। ਇਸ ਸੀਟ ਤੇ ਅਕਾਲੀ ਦਲ ਤੇ ਕਾਂਗਰਸ ਵਿੱਚ ਸਿੱਧੀ ਟੱਕਰ ਹੈ। ਆਮ ਆਦਮੀ ਪਾਰਟੀ, ਅਕਾਲੀ ਦਲ ਟਕਸਾਲੀ ਤੇ PDA ਇਹਨਾਂ ਪਾਰਟੀਆਂ ਦੀ ਖੇਡ ਵਿਗਾੜ ਸਕਦੀ ਹੈ। ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾਰੀ ਦਾ ਮੁਕਾਬਲਾ ਅਕਾਲੀ ਦਲ ਦੀ ਟਿਕਟ ਤੇ ਦੂਜੀ ਵਾਰ ਚੋਣ ਲੜ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਹੈ, ਜਦਕਿ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ ਵੀ ਟੱਕਰ ਦੇ ਰਹੇ ਨੇ। ਖਡੂਰ ਸਾਹਿਬ ਲੋਕ ਸਭਾ ਸੀਟ ਵੀ ਪੰਥਕ ਤੇ ਸਿਆਸੀ ਹਲਕਿਆਂ 'ਚ ਚਰਚਿਤ ਹੈ। ਖਡੂਰ ਸਾਹਿਬ ਹਲਕਾ 2009 'ਚ ਹੱਦਬੰਦੀ ਤੋਂ ਪਹਿਲਾਂ ਤਰਨ ਤਾਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਮੁੱਦਿਆਂ ਦੀ ਗੱਲ ਕਰੀਏ ਤਾਂ ਇਸ ਲੋਕ ਸਭਾ ਹਲਕੇ ਨਾਲੋਂ 110 ਕਿਲੋਮੀਟਰ ਲੰਬੀ ਸਰਹੱਦੀ ਲਾਈਨ ਲੰਘਦੀ ਹੈ ਅਤੇ ਨਾਲ ਹੀ ਹਲਕੇ ਦੇ ਕਰੀਬ 150 ਪਿੰਡ ਦਰਿਆ ਬਿਆਸ ਤੇ ਸਤਲੁਜ ਦੇ ਕੰਢਿਆਂ ਤੇ ਵਸੇ ਹੋਏ ਨੇ। ਇਹ ਦੋਵੇਂ ਮੁੱਦੇ ਲੋਕਾਂ ਲਈ, ਖਾਸ ਕਰਕੇ ਕਿਸਾਨਾਂ ਲਈ, ਵੱਡੀ ਮੁਸ਼ਕਲ ਪੈਦਾ ਕਰਦੇ ਨੇ। ਸਰਹੱਦੀ ਖੇਤਰ 'ਚ ਸੜਕਾਂ ਦੀ ਮੰਦੀ ਹਾਲਤ, ਸਿੱਖਿਆ, ਸਿਹਤ ਤੇ ਰੁਜ਼ਗਾਰ ਵਰਗੀਆਂ ਮੁਸ਼ਕਲਾਂ ਵੀ ਜਿਉਂ ਦੀਆਂ ਤਿਉਂ ਨੇ। ਇਹ ਉਹ ਤਮਾਮ ਮੁੱਦੇ ਨੇ ਜਿਨ੍ਹਾਂ ਕਾਰਨ ਲੋਕ ਪਰੇਸ਼ਾਨ ਨੇ, ਪਰ ਸਿਆਸੀ ਪਾਰਟੀਆਂ ਵੋਟਾਂ ਲੈ ਕੇ ਮੁੜ ਸਾਰ ਨਹੀਂ ਲੈਂਦੀਆਂ। ਖਡੂਰ ਸਾਹਿਬ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ, ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਤੇ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ ਚੋਣ ਮੈਦਾਨ ਵਿੱਚ ਨੇ, ਜਦਕਿ PDA ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੀ ਰਵਾਇਤੀ ਪਾਰਟੀਆਂ ਲਈ ਚੁਣੌਤੀ ਹੈ। ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਸਣੇ ਇਸ ਸੀਟ ਤੋਂ ਕੁੱਲ 19 ਉਮੀਦਵਾਰ ਚੋਣ ਮੈਦਾਨ 'ਚ ਕਿਸਮਤ ਅਜਮਾ ਰਹੇ ਨੇ। ਇਤਿਹਾਸਕ ਤੇ ਪੰਥਕ ਹਲਕਾ ਫਤਿਹਗੜ੍ਹ ਸਾਹਿਬ, 2014 'ਚ ਇਹ ਸੀਟ ਆਮ ਆਦਮੀ ਪਾਰਟੀ ਦੇ ਖਾਤੇ 'ਚ ਰਹੀ ਸੀ, ਪਰ ਵਿਕਾਸ ਦੇ ਨਾਮ ਤੇ ਆਮ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ। ਪਿੰਡਾਂ 'ਚ ਸਭ ਤੋਂ ਵੱਡੀ ਸਮੱਸਿਆ ਸੜਕਾਂ ਦੇ ਮੰਦੇ ਹਾਲ ਅਤੇ ਸੀਵਰੇਜ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਤਿਹਾਸਕ ਧਰਤੀ ਹੋਣ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਵੀ ਪੂਰੀਆਂ ਨਹੀਂ ਹੋਈਆਂ। ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੀ ਟੱਕਰ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਦੇ ਨਾਲ ਹੈ, ਜਦਕਿ ਆਮ ਆਦਮੀ ਪਾਰਟੀ ਨੇ ਦੋ ਉਮੀਦਵਾਰਾਂ ਦਾ ਨਾਮ ਵਾਪਸ ਲੈ ਕੇ ਦੁੱਲੋ ਦੇ ਪੁੱਤਰ ਮਨਦੀਪ ਸਿੰਘ ਦੁੱਲੋ ਨੂੰ ਮੈਦਾਨ 'ਚ ਉਤਾਰਿਆ ਹੈ। ਫਤਿਹਗੜ੍ਹ ਸਾਹਿਬ ਤੋਂ ਕੁੱਲ 20 ਉਮੀਦਵਾਰ ਚੋਣ ਲੜ ਰਹੇ ਨੇ। 2014 'ਚ ਹਾਰੀਆਂ ਲੋਕ ਸਭਾ ਸੀਟਾਂ 'ਤੇ ਕਾਂਗਰਸ ਮਜ਼ਬੂਤੀ ਦੇ ਨਾਲ ਵਾਪਸੀ ਕਰਨਾ ਚਾਹੁੰਦੀ ਹੈ, ਜਦਕਿ ਪੰਥਕ ਪਾਰਟੀ ਕਹਾਉਣ ਵਾਲਾ ਅਕਾਲੀ ਦਲ ਬੇਅਦਬੀ ਅਤੇ ਗੋਲੀਕਾਂਡ ਮੁੱਦੇ 'ਚ ਬੁਰੀ ਤਰ੍ਹਾਂ ਘਿਰਿਆ ਹੋਇਆ। ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ 'ਤੇ ਇਲਜ਼ਾਮ ਤਰਾਸ਼ੀ ਕਰਕੇ ਮੈਦਾਨ ਮਾਰਨਾ ਚਾਹੁੰਦੀ ਹੈ, ਪਰ ਪੰਥਕ ਸੀਟਾਂ ਦੇ ਮੁੱਦੇ ਉਵੇਂ ਜਿਵੇਂ ਬਣੇ ਹੋਏ ਨੇ। ਸਰਕਾਰਾਂ ਬਦਲ ਜਾਂਦੀਆਂ ਨੇ, MP ਬਦਲ ਜਾਂਦੇ ਨੇ, ਪਰ ਨੁਹਾਰ ਨਹੀਂ ਬਦਲਦੀ। ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ।